ਪਤਾ ਨਹੀਂ ਲੱਗਾ ਹੁਣ ਕਿੰਨੀ ਕੁ ਦੇਰ ਤੋਂ ਕੰਮ ਕਰ ਰਹੇ ਸੀ ਇੱਥੇ? ਪਰਿਵਾਰ 'ਚ ਕੌਣ ਕੌਣ ਸੀ? ਹਾਂਜੀ ਰਜੀਸ਼ ਕੁਮਾਰ ਦਾ ਹੈਗਾ ਪੈਲਸ, ਉੱਥੇ ਬੰਦੇ ਕੰਮ ਕਰਦੇ ਸੀ। ਹਾਂਜੀ, ਰਾਤ ਸਰਦੀ ਜ਼ਿਆਦਾ ਹੋਣ ਕਰਕੇ ਇਹਨਾਂ ਬੰਦਿਆਂ ਨੇ ਆਪਣੇ ਅੰਦਰੋਂ ਅੰਗੀਠੀ ਪਾ ਲਈ ਕਮਰੇ ਕੋਲਿਆਂ ਦੀ, ਬੰਦ ਕਰ ਲਈ ਕੋਲਿਆ ਗੈਸ ਚੜ੍ਹ ਕਰਕੇ ਇਹਨਾਂ ਦਾ। ਇਹ ਕੀ ਨਾਂ ਸੀ ਅਤੇ ਕਿੱਥੋਂ ਦੇ ਵਾਸੀ ਸੀ? ਕਲੋਨੀ ਦਾ ਪਿੰਡ ਹੈ ਚੱਕ ਵਾਲਾ। ਹਾਂਜੀ, ਹਰਜਿੰਦਰ ਸਿੰਘ। ਹਾਂਜੀ, ਇੱਕ ਬਿਹਾਰ ਦਾ ਹੈਗਾ, ਜ਼ਿਲ੍ਹਾ ਪੂਰਨੀਆ ਦਾ ਬਾਜੀ। ਹਾਂਜੀ, ਕਾਫੀ ਸਮੇਂ ਤੋਂ ਨੌਕਰੀ ਸਾਡੇ ਕਰਦੇ। ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ? ਸਵੇਰੇ ਜਦੋਂ ਦੁਕਾਨ ਖੋਲ੍ਹਣ ਲੱਗੇ ਉਹਨੂੰ ਫੋਨ ਕੀਤਾ, ਗੇਟ ਵੀ ਖੋਲ੍ਹਿਆ, ਦਰਵਾਜ਼ਾ ਭੰਨ ਕੇ ਦੇਖਿਆ ਜਿਹੜਾ ਕੰਮ ਹੋ ਚੁੱਕਿਆ। ਪੁਲਿਸ ਕੰਪਲੇਂਟ ਕਰਤੀ ਸੀ? ਪੁਲਿਸ ਕੰਪਲੇਂਟ ਪੁਲਿਸ ਨੇ ਕਾਰਵਾਈ ਕਰਕੇ ਆਪਣੀ ਡੈੱਡ ਬੋਡੀਆਂ ਨੂੰ ਪੋਸਟਮਾਰਟਮ। ਸਾਨੂੰ ਅੱਜ ਸੁਬਹਾ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲਸ ਆ ਨੇਪਾਲ ਰੋਡ ਦੇ ਉੱਤੇ, ਉੱਥੇ ਦੋ ਲੇਬਰਡ ਪੀਪਲ ਨੇ, ਇੱਕ ਬਾਜੂ ਇੱਕ ਹਰਜਿੰਦਰ ਹੈ। ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ, ਇੱਕ ਜਿਹੜਾ ਰਾਏ ਦਾ ਦੂਦਾ ਆ। ਉਹਨਾਂ ਨੇ ਕੋਲੇ ਵਾਲੀ ਅੰਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਅਤੇ ਰਾਤ ਸੁੱਤੇ ਰਹੇ ਨੇ, ਅਤੇ ਰਾਤ ਉਹ ਗੈਸ ਪੈਦਾ ਹੋਣ ਕਾਰਨ, ਅਮੋਨੀਆ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਹੈ। ਉਹ ਅਸੀਂ 174 CRPC ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ। ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਆ, ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਹਾਂ, ਪੋਸਟਮਾਰਟਮ ਕਰਵਾਇਆ ਜਾਏਗਾ, ਉਹ ਤਾਂ ਨੈਸੈਸਰੀ ਹੈ। ਜਿਸ ਕੀ ਮ੍ਰਿਤਿਉ ਹੋਈ, ਕਿਆ ਲੱਗਤੇ ਥੇ ਆਪਕੇ? ਅੱਛਾ, ਕੈਸੇ ਹੋਈ ਮ੍ਰਿਤਿਉ ਉਨਕੀ? ਗਰਮੀ ਸੂਚਿਤ ਕਰ ਦਿਆ।